आदर्श को बोर्ड से मतलब जिते इतने अपन जिड़े जिड़े सन च लड़ाइया हुई 1971 की आ सब तो पहले आँदी अपनी 1962 है। हाँ रोल ऑफ ऑनर सिख, हाँ ये मतलब पहली लड़ाई 1962 हुई सी अमृतसर। सो ये सारे जिड़े अपने हाँ जिहड़े जिहड़े बंदे जिन्हां ने जंग लड़ी सी वह सी, हाँ वह सारे दे नाम आ दर्शको भी आ सारे लिखे हो, मतलब प्रॉपर गाइड ही नहीं किया, नहीं तो सानू पता लग जाए पहले ही बस कल्ला इदां नाम ही लिखा। सो असीं भी तुहानू अंदाजा ला के दस रहे कि शायद वह हो सकते जिन्हां जिन्हां ने हिस्सा लिया सी। कुछ बंदे जलंधर दे भी आ, गुरदासपुर, फिरोजपुर, हुशियारपुर, लुधियाना। सो एवें एवें दे बंदे सारे दे नाम इत्थे लिखे हुए आ। 1962 ਅਤੇ ਬਾਅਦ ਵਿੱਚ 65 ਵਿੱਚ ਲੜਾਈ ਹੋਈ 1962 ਦੀ ਇੰਡੋ ਚਾਈਨਾ, ਮਤਲਬ ਚਾਈਨਾ ਨਾਲ ਯੁੱਧ ਹੋਇਆ ਸੀ ਜਦੋਂ ਆ ਆਪਣੇ ਆ ਗਿਆ ਪਾਕਿਸਤਾਨ 'ਚ 62-65 'ਚ ਹੋਈ ਸੀ ਅਤੇ ਆ ਵੀ 71 'ਚ ਇਹ ਜੰਗਾਂ ਜਿੱਤੀਆਂ ਹੋਈਆਂ ਦਰਸ਼ਕੋ ਸਾਰੀਆਂ। ਸੋ ਦਰਸ਼ਕੋ ਇਹ ਆ ਇਤਿਹਾਸਿਕ ਗੈਲਰੀ, ਇਹ ਇੱਕ ਮੌਰੀਆ ਸਿਪਾਹੀ 3rd century, ਮਤਲਬ ਇਹ 3rd century ਦਾ ਦੱਸ ਰਹੇ ਆ ਮੌਰੀਆ ਸਾਮਰਾਜ ਜਦੋਂ ਹੁੰਦਾ ਸੀ ਉਹ ਸਿਪਾਹੀ ਦੀ ਤਸਵੀਰ ਸਾਂਝੀ ਕੀਤੀ ਹੋਈ ਆ। ਆਹ ਦੇਖ ਸਕਦੇ ਤੁਸੀਂ ਸਿੱਖ ਆਰ ਦਾ ਗ੍ਰੇਟ ਪੀਪਲ, ਸਿੱਖ ਰੈਜੀਮੈਂਟ। ਇਹ ਕਿਹੜੇ ਟਾਈਮ ਦੀ ਆ, ਇਹਦਾ ਮੈਨੂੰ ਲੱਗਦਾ ਹਿਸਟੋਰੀਕਲ ਵੈਪਨ। ਉਹ ਇੰਨੀਆਂ ਬਾਹਾਂ ਵਾਲੇ ਕੋਈ ਗੁਰੂ ਗਾਰੂ ਲੱਗਦੇ ਯਾਰ। ਆਹ ਲਓ ਵੀ ਆਹ ਚੀਜ਼ਾਂ ਦੇਖਣ ਵਾਲੀਆਂ 17th century ਦੀ ਪਿਸਤੌਲ ਅਤੇ ਕਟਾਰ। ਉਹ ਕਟਾਰ ਆ ਦਰਸ਼ਕ, ਆਹ ਪਿਸਤੌਲ ਦੇਖ ਲਓ। ਅੱਜ ਇਹਨਾਂ ਦੀ ਕੀਮਤ ਕਰੋੜਾਂ ਵਿੱਚ ਆ, ਉਹ ਤੁਹਾਨੂੰ ਹੋਰ ਦਿਖਾ ਦਿੰਦੇ ਹਾਂ। ਆ ਸ਼ਾਸਕ ਹੋਏ ਮੁਗਲ, ਕੁਸ਼ਾਨਾ, ਗੁਪਤਾ ਅਤੇ ਸਿੱਖ। ਇਹਨਾਂ ਬਾਰੇ ਲਿਖਿਆ ਵੀ ਹੋਇਆ, ਸੋ ਤੁਸੀਂ ਇਹਨੂੰ ਪਾਊਸ ਕੱਟ ਕਰਕੇ ਮੇਰਾ ਵੀ ਪੜ੍ਹ ਲਿਓ ਹੈ ਨਾ। ਬਹੁਤ ਘੈਂਟ ਆ ਯਾਰ ਚੀਜ਼ਾਂ। ਆ ਕ੍ਰਿਸ਼ਨ ਭਗਵਾਨ, ਇਹ ਸਾਰਾ ਦ੍ਰਿਸ਼ ਦਿਖਾਇਆ ਹੋਇਆ ਮਹਾਭਾਰਤ ਦੇ ਯੁੱਧ ਦਾ। ਜਿਹੜੀ ਆਹ ਫੋਟੋ ਤੁਸੀਂ ਦੇਖ ਰਹੇ ਹਾਂ ਇਹ ਹੈਗੀ ਆ ਆਪਣੇ ਪਿਤਾਮਾ ਭੀਸ਼ਮ ਜਿਹੜੇ ਸੀਗੇ ਉਹਨਾਂ ਦੇ ਦਾਦੇ ਪੜਤਾਦੇ ਹੈ ਨਾ, ਜਦੋਂ ਉਹਨਾਂ 'ਤੇ ਤੀਰ ਮਾਰਤਾ ਸੀਗਾ ਅਤੇ ਉਹ ਗੰਗਾ ਪ੍ਰਗਟ ਹੋ ਗਏ ਉਹਨਾਂ ਨੂੰ। ਹਾਂ ਉਹਨਾਂ ਨੇ ਚੱਕਰ ਵੀ ਬਣਾਇਆ ਹੋਇਆ ਉੱਧਰ ਦੇਖਿਓ, ਉਹ ਦੇਖੋ ਉੱਪਰ ਸਾਰਾ ਬਣਿਆ ਹੋਇਆ ਦੇਖ ਲਓ ਉੱਧਰ ਦਰਸ਼ਕ। ਕਹਿੰਦੇ ਜਿਹੜਾ ਕ੍ਰਿਸ਼ਨ ਦਾ ਭਾਂਜਾ ਸੀਗਾ ਉਹਨੂੰ ਚੱਕਰ ਦੇ ਅੰਦਰ ਜਾਣ ਦਾ ਰਸਤਾ ਤਾਂ ਪਤਾ ਸੀ ਪਰ ਬਾਹਰ ਆਉਣ ਦਾ ਨਹੀਂ ਪਤਾ ਸੀ ਨਾ, ਇਸ ਕਰਕੇ ਉਹ ਮਾਰਿਆ ਜਾਂਦਾ। ਦੇਖ ਲਓ ਕਿਵੇਂ ਕਿਵੇਂ ਦਿਖਾਇਆ ਹੋਇਆ। ਸਿਕੰਦਰ ਅਤੇ ਪੋਰਸ, ਦੇਖ ਲਓ ਸਿਕੰਦਰ ਆ ਉਸ ਟਾਈਮ ਦੀਆਂ ਕੁਛ ਹਥਿਆਰ। ਆਹ ਮੰਦਰ ਆ, ਮੰਦਰ 'ਤੇ ਬਣਿਆ ਹੋਇਆ ਸਾਰਾ ਇਹ। ਆਹ ਦੇਖੋ ਦਰਸ਼ਕੋ ਕਿੰਨਾ ਸੋਹਣਾ ਲੱਗਦਾ ਦੇਖਣ, ਪੇਂਟਿੰਗ ਸਾਜੀ ਹੋਈ ਹੈ। ਇਹ ਹੈਗੇ ਬੈਟਲ ਆਫ ਪਾਣੀਪਤ, ਹਾਂ ਇਹ ਪਾਣੀਪਤ ਦੀ ਲੜਾਈ ਆ ਦਰਸ਼ਕੋ, ਇਹਨੂੰ ਯੂ ਕੈਨ ਰੀਡ ਪੜ੍ਹ ਸਕਦੇ ਹਾਂ। ਤੁਹਾਨੂੰ ਦੱਸ ਦਵਾਂ ਜਿਹੜੀ ਪਾਣੀਪਤ ਦੀ ਲੜਾਈ ਸੀ ਇਹ 1526 ਵਿੱਚ 21 April ਨੂੰ ਲੜੀ ਗਈ ਸੀਗੀ। ਚਲੋ ਸਾਰਾ ਬਣਿਆ ਹੋਇਆ ਆ ਦੇਖ ਲਓ ਕੈਮਲ ਗਨ। ਆ ਵੀ ਪਾਣੀਪਤ ਦੀ ਲੜਾਈ ਦਾ ਦ੍ਰਿਸ਼ ਦਿਖਾਇਆ ਹੋਇਆ। ਭਾਰਤੀ ਇਤਿਹਾਸ ਵਿੱਚ ਪਾਣੀਪਤ ਦੀਆਂ ਲੜਾਈਆਂ ਦੀ ਬਹੁਤ ਪੱਖੀ ਮਹੱਤਤਾ ਹੈ। 21 April 1526 ਵਿੱਚ ਦਰਸ਼ਕ 17th century ਦੇ ਬਨਾਲੀ ਪਿਸਤੌਲ, ਕਟਾਰ ਅਤੇ ਕੈਰਚ। ਉਹ ਕੈਰਚ ਆ ਕਟਾਰਾਂ ਅਤੇ ਆ ਪਿਸਤੌਲਾਂ। ਸੋ ਇੱਧਰ ਆਪਣੇ ਆ ਗਏ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਸਰਹੰਦ ਫਤਿਹ ਕੀਤਾ ਇਹਨਾਂ ਨੇ ਦੇਖ ਲਓ ਆਪਣੀ ਵੱਖਰੀ, ਬਾਅਦ ਵਿੱਚ ਸਿੱਖ ਸਾਰਿਆਂ ਨੂੰ ਇਕੱਠਿਆਂ ਨੂੰ ਕਰਕੇ ਅਤੇ ਸਰਹੰਦ ਫਤਿਹ ਕੀਤਾ। ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਸੀ ਖਾਨ ਤੋਂ ਨਾ, ਮੁਗਲਾਂ ਤੋਂ। ਫਿਰ ਇੱਧਰ ਆਪਣੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਦਿੱਲੀ ਫਤਿਹ ਕੀਤੀ ਸੀ ਜਦੋਂ ਇਹਨਾਂ ਨੇ 17th-18th century ਵਿੱਚ ਇਹਨਾਂ ਜੱਸਾ ਸਿੰਘ ਆਹਲੂਵਾਲੀਆ ਨੇ ਅਤੇ ਜੱਸਾ ਸਿੰਘ ਰਾਮਗੜੀਆ ਨੇ ਦਿੱਲੀ ਫਤਿਹ ਕੀਤੀ ਸੀ। ਅਤੇ ਕਈ ਕਹਿੰਦੇ ਸਿੱਖਾਂ ਨੇ ਦਿੱਲੀ ਕਦੋਂ ਫਤਿਹ ਕੀਤੀ ਸੀ, ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਦਿੱਲੀ ਫਤਿਹ ਕੀਤੀ ਸੀ। ਆਹ ਦੇਖੋ ਮਹਾਰਾਜਾ ਸ਼ੇਰ ਸਿੰਘ
ਉੱਪਰ ਹੈਂ ਵਾਹ ਦੇਖੋ ਦੋਸਤੋ ਕੈਮਲ ਗਨ ਸੋ ਦਰਸ਼ਕੋ ਇਹ ਆਪਾਂ ਆ ਗਏ ਹੁਣ ਫਸਟ ਫਲੋਰ 'ਤੇ ਚੱਲਦੇ ਹਾਂ ਅੰਦਰ ਵੀ ਇੱਥੇ ਕੀ ਆ ਅੱਛਾ ਲਓ ਵੀ ਇੱਥੇ ਕੁਛ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਆਪਣੇ ਇਤਿਹਾਸ ਦੀਆਂ ਬੰਗਾਲ ਨੈਟਿਵ ਇਨਫਿਨੇਟਰੀ ਔਫ ਪਰੇਡ ਮਤਲਬ ਬੰਗਾਲ ਦੀ ਜਦੋਂ ਪਰੇਡ ਹੁੰਦੀ ਹੋਊਗੀ ਉਸ ਟਾਈਮ ਦੀ ਫੋਟੋ ਸਾਂਝੀ ਕੀਤੀ ਹੋਈ ਹੈ ਜੀ 19ਵੀਂ ਸਦੀ ਦੇ ਨਿਊਜ਼ ਪੇਪਰ ਮਤਲਬ 1900 ਕੁਛ ਦੇ ਨਿਊਜ਼ ਪੇਪਰਾਂ ਦੀਆਂ ਫੋਟੋਆਂ ਸਾਂਝੀ ਕੀਤੀਆਂ ਹੋਈਆਂ ਜੀ ਪੜ੍ਹ ਲਿਓ ਕੁਛ ਇੱਧਰ ਪੇਂਟਿੰਗਾਂ ਲਓ ਤੁਹਾਨੂੰ ਬਹੁਤ ਘੈਂਟ ਘੈਂਟ ਚੀਜ਼ਾਂ ਦਿਖਾਉਂਦੇ ਆਪਾਂ ਦੇਖੋ ਟੈਲੀਫੋਨ ਸੈੱਟ ਰੇਡੀਓ ਆਹ ਕੀ ਚੀਜ਼ ਆ ਇਲੈਕਟ੍ਰੋਨਿਕ ਪੁਰਤਗਾਲ ਵੀ ਇਹਨਾਂ ਦਾ ਤਾਂ ਹੁਣ ਸਾਨੂੰ ਵੀ ਨਹੀਂ ਸਮਝ ਆ ਰਹੀ ਕੀ ਹੈਗਾ ਕੀ ਨਹੀਂ ਹੈਗਾ ਇਹ ਦੇਖੋ ਵੀ ਮੈਗਨੈਟ 6 ਲਾਈਨ ਇਹ ਹੈ ਸਾਰਾ ਮਤਲਬ ਬਿਜਲੀ ਦੇ ਆਹ ਫੋਨ ਆ ਦੋਸਤੋ ਆ ਬਈ ਇੱਥੋਂ ਅੰਦਾਜ਼ਾ ਲਾ ਸਕਦੇ ਆਪਾਂ ਦੇਖੋ ਇੱਦਾਂ ਘੁੰਮਦਾ ਹੁੰਦਾ ਸੀ ਆਹ ਦੇਖੋ ਹਾਂ ਇਹ ਜਿਹੜੇ ਹੈਲੋ ਹੈਲੋ ਪੋਸਟ ਨੰਬਰ 2 ਵਾਲੇ ਆ ਸੋ ਆਹ ਇੱਧਰ ਇਹ ਲਾਲ ਬਹਾਦਰ ਸ਼ਾਸਤਰੀ ਜੀ ਬ੍ਰਿਜ ਤਿਆਗਰਾਜ ਅਤੇ ਲੈਫਟੀਨੈਂਟ ਜਨਰਲ ਜੀ ਐੱਸ ਢਿੱਲੋਂ ਸਾਹਿਬ ਢਿੱਲੋਂ ਮੈਨੂੰ ਲੱਗਦਾ ਪੰਜਾਬ ਦੇ ਹੋਣੇ ਆਪਣੇ ਨਾ ਨਹੀਂ ਉੱਦਾਂ ਵੀ ਢਿੱਲੋਂ ਪੰਜਾਬ 'ਚ ਪਾਏ ਜਾਂਦੇ ਆਪਣੇ ਆਹ ਬੈਟਲ 1971 ਵਿੱਚ ਜਦੋਂ ਪਾਕਿਸਤਾਨ ਨਾਲ ਯੁੱਧ ਹੋਇਆ ਸੀ ਨਾ ਲੌਂਗੋਵਾਲ ਹੀ ਹੋਇਆ ਜੀ ਇਹ ਆ ਉਹ ਬੰਦਾ ਜਿਹਨੇ ਯੁੱਧ 'ਚ ਕੋਈ ਬਹੁਤ ਮਹੱਤਤਾ ਭੂਮਿਕਾ ਨਿਭਾਈ ਹੋਣੀ ਆ 1971 'ਚ ਜਦੋਂ ਕਿਤੇ ਆਏ ਲੁਧਿਆਣੇ ਵਾਲੀ ਸਾਈਡ 'ਤੇ ਮਿਊਜ਼ੀਅਮ ਵਾਰ ਆਫ ਜ਼ਰੂਰ ਘੁੰਮ ਕੇ ਆਇਓ ਵੀ ਸੋ ਦਰਸ਼ਕੋ ਜਿੰਨੇ ਵੀ ਸਾਰੇ ਲੱਗੇ ਆ ਫੌਜੀ ਹੈ ਨਾ ਫੋਟੋਆਂ ਲੱਗੀਆਂ ਹੋਈਆਂ ਸਾਰੀਆਂ ਇਹ ਸਾਰੇ ਮਤਲਬ ਜਿਨ੍ਹਾਂ ਨੂੰ ਕੋਈ ਅਵਾਰਡ ਮਿਲਿਆ ਹੋਇਆ ਆ ਨਾ ਉਹ ਆ ਮੇਜਰ ਆ ਕੋਈ ਲੈਫਟੀਨੈਂਟ ਕਰਨ ਵਾਲਾ ਕੋਈ ਸੂਬੇਦਾਰ ਆ ਕੋਈ ਕੈਪਟਨ ਆ ਸਾਰੇ ਉਹਨਾਂ ਦੀਆਂ ਇਹਨਾਂ ਨੂੰ ਮਤਲਬ ਇਹਨਾਂ ਨੇ ਵਧੀਆ ਕੰਮ ਕੀਤਾ ਹੁਣ ਆਰਮੀ ਵਿੱਚ ਸੋ ਉਹਨਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਲਾ ਕੇ ਇੱਕ ਵੱਖਰੀ ਇੱਥੇ ਲਾਇਆ ਹੋਇਆ ਰੂਮ ਵਾਲ ਆਫ ਓਨਰ ਕਹਿ ਸਕਦੇ ਇਹਨੂੰ ਆਪਾਂ ਪਬਲਿਸ਼ਡ ਕਾਲਜ ਮਤਲਬ ਨਾਂ ਨਹੀਂ ਲਿਖਿਆ ਹੈਗੇ ਇਹਨਾਂ ਦੇ ਓਲਡ ਸਿੱਖ ਦੇਖਣ ਵਾਲੀ ਚੀਜ਼ ਆ ਲਓ ਦਰਸ਼ਕ ਇਹ ਹੈਗਾ ਆ ਡੈਮਲਰ ਫੈਰਟ ਸਕੋਟ ਕਾਰ ਇਹ ਤੁਸੀਂ ਪੜ੍ਹ ਸਕਦੇ ਇਹਨੂੰ ਪਾਊਸ ਕਰਕੇ ਮੇਰੇ ਵੀ ਪੜ੍ਹ ਲਿਓ ਮੈਂ ਤੁਹਾਨੂੰ ਦਿਖਾ ਦਿੰਦਾ ਆਹ ਚੀਜ਼ ਆ ਦੇਖੋ ਵੀ ਇਹ ਹੁਣ ਬੰਦੇ ਚੱਲ ਬਹਿੰਦੇ ਸੀ ਜਾਂ ਆਟੋਮੈਟਿਕ ਸੀ ਕੀ ਕਹਿ ਸਕਦੇ ਹਾਂ ਆਹ ਦੇਖੋ ਆਹ ਲਾਈਟ ਹੋ ਗਈ ਆਹ ਇੱਥੋਂ ਗੋਲੀਆਂ ਗਾਲੀਆਂ ਬੰਬ ਬੁੰਬ ਚੱਲਦੇ ਹੋਣੇ ਯਾਰ ਸੋ ਹੁਣ ਇਹ ਉੱਤੇ ਖੜ੍ਹੀ ਕੀਤੀ ਹੋਈ ਆ ਥੱਲੇ ਸਪੋਰਟ ਲਾ ਕੇ ਸੇਮ ਹੀ ਇੱਧਰਲੀ ਸਾਈਡ ਵੀ ਇਹਦੇ ਨਾਲ ਦਾ ਪਰ ਇਹਨੂੰ ਦੂਜੇ ਆ ਚੇਨ ਆ ਅਤੇ ਉਹਨੂੰ ਟਾਇਰ ਆ ਇਹ ਮਿੱਟੀ ਮੂਟੇ ਜਿੱਥੇ ਮਰਜ਼ੀ ਲਈ ਫਿਰ ਉਹ ਮਿੱਟੀ 'ਚ ਨਹੀਂ ਚੱਲਣਾ ਹਾਂ ਇਹਦਾ ਨਾਮ ਹੈਗਾ ਆ ਪਿਆਦਾ ਫੌਜ ਵਾਹਕ ਤੁਸੀਂ ਇਹ ਵੀ ਮੇਰਾ ਵੀ ਪੜ੍ਹ ਲਿਓ ਇਹਨੂੰ ਤੁਸੀਂ ਸੰਨ 1939 ਵਿੱਚ ਇਹਨੂੰ ਬਣਾਇਆ ਗਿਆ ਸੀ 32 ਮੀਲ ਪ੍ਰਤੀ ਘੰਟਾ ਰਫ਼ਤਾਰ ਜਿਸ 'ਤੇ ਬੈਨ ਹਲਦਰੀ ਮਸ਼ੀਨ ਗਨ ਫਿੱਟ ਦੀ ਵਰਤੋਂ ਕੀਤੀ ਜਾਂਦੀ ਸੀ ਲਓ ਇਹਦੇ ਉੱਪਰ ਫਿੱਟ ਹੁੰਦੀ ਸੀਗੀ ਆਹ ਦੇਖੋ ਹੈਂ ਅੱਛਾ ਅਮਰੀਕਾ ਤੋਂ ਲਿਆਉਂਦੀ ਆ ਆਹ ਐਵੇਂ ਦਾ ਤਾਮਾ ਜਾਮਾ ਇਹਦੇ ਵਿੱਚ ਮੇਰਾ ਵੀਰ ਦੇਖੋ ਸਾਰਾ ਇਹਦੇ ਇੱਥੇ ਗਨ ਮਸ਼ੀਨ ਫਿੱਟ ਕਰਦੇ ਸੀ ਉੱਪਰ ਇਹ 'ਚੋਂ ਫਾਇਰ ਜ਼ਿਆਦਾ ਹੁਣ ਤਾਂ ਖਰਾਬ ਹੋ ਗਈ ਜਾਂਦਾ ਜੰਗਾਲ ਲੱਗ ਗਿਆ ਸਾਰਾ ਮਤਲਬ ਉਸ ਟਾਈਮ ਇਹ ਆਪਣੇ ਆਪ 'ਚ ਕਹਿੰਦੀ ਕੁ ਹੁੰਦੀ ਆ ਕਿ ਬਹੁਤ ਤਾਕਤਵਰੋਂ ਕਹਿ ਸਕਦੇ ਆਪਾਂ ਮਸ਼ੀਨ ਸੀ ਟੈਂਕ ਸੀ ਦੇਖੋ ਸੋ ਇੱਧਰਲੀ ਸ਼ਾਇਦ ਇਹ ਵੱਡੇ ਟੈਂਕ ਆ ਇਹਦੇ ਵਿੱਚ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਵੱਡੇ ਟੈਂਕ ਆ ਹੈ ਨਾ ਅਤੇ ਜੰਗੀ ਟੈਂਕ ਕਹਿ ਦਿੰਦੇ ਜਿਹਨੂੰ ਇੱਕ ਸੇਮ ਹੀ ਇਹਦੇ ਨਾਲ ਦਾ ਇੱਧਰ ਵੀ ਆ ਉਹ ਉੱਧਰ ਪਰਲੀ ਸਾਈਡ ਜਹਾਜ਼ ਲੜਾਕੂ ਜਹਾਜ਼ ਸੋ ਦੋਸਤ ਦਰਸ਼ਕੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਦਿਓ ਅਤੇ ਜੇ ਕਿਤੇ ਤੁਸੀਂ ਇੱਧਰ ਨੂੰ ਆਏ ਤਾਂ ਘੁੰਮ ਕੇ ਜ਼ਰੂਰ ਜਾਇਓ ਮਿਲਦੇ ਹਾਂ